ਕਾਰਕੁਨਾਂ ਤੇ ਰਹਿਨਮਾਵਾਂ ਦਾ ਇਸਰਾਰ। ਨਵਾਜ਼ ਸ਼ਰੀਫ ਤੇ ਮਰੀਮ ਨਵਾਜ਼ ਦਾ ਹੀ ਹਫ਼ਤੇ ਪਾਕਿਸਤਾਨ ਵਾਪਸੀ ਦਾ ਇਮਕਾਨ। ਹਤਮੀ ਫੈਸਲਾ ਕੁਲਸੂਮ ਨਵਾਜ਼ ਦੀ ਸਿਹਤ ਤੋਂ ਮਸ਼ਰੂਤ। ਸਾਬਕ ਵਜ਼ੀਰ ਆਜ਼ਮ ਦੀ ਇੱਕ ਵਾਰੀ ਵੱਲ ਇਦਾਰਿਆਂ ਤੇ ਤਨਕੀਦ। ਆਖਿਆ ਸਾਫ਼ ਸ਼ਫਾਫ਼ ਇਲੈਕਸ਼ਨ ਦੀ ਉਮੀਦ ਖਤਮ ਥੀਂਦੀ ਵੇਂਦੀਏ। ਉਮੀਦਵਾਰਾਂ ਕੋ ਸ਼ੇਰ ਦੀ ਬਜਾਏ ਜੀਪ ਦੇ ਨਿਸ਼ਾਨ ਤੇ ਇੰਤਖਾਬ ਲੜਨ ਤੇ ਮਜਬੂਰ ਕੀਤਾ ਵੇਂਦਾ ਪਏ। ਆਖਿਆ ਵੇਂਦੇ ਸੁਪਰੀਮ ਕੋਰਟ ਮੁਤਨਾਜ਼ੇ ਥੀਂਦੀ ਵੇਂਦੀ ਏ। ਅਗਰ ਅਦਾਲਤ ਮੁਤਨਾਜ਼ੇ ਥੀਂਦੀ ਵੇਂਦੀ ਏ ਤਾਂ ਵੱਲ ਆਂਦੇ ਕਿਉਂ ਹੋਵੇ? ਚੀਫ ਜਸਟਿਸ ਸਾਕਿਬ ਨਿਸਾਰ ਦੇ ਰਿਮਾਰਕਸ। ਐਨਏ ਚਾਇਡ ਜਹਿਲਮ ਤੋਂ ਨੂਨ ਲੀਗ ਦੇ ਉਮੀਦਵਾਰ ਬਿਲਾਲ ਕਯਾਨੀ ਕੋ ਇਲੈਕਸ਼ਨ ਲੜਨ ਦੀ ਇਜਾਜ਼ਤ ਦੇ ਦਿੱਤੀ। ਕਾਮਯਾਬੀ ਦਾ ਨੋਟੀਫਿਕੇਸ਼ਨ ਅਦਾਲਤੀ ਫੈਸਲੇ ਤੋਂ ਮਸ਼ਰੂਤ ਹੋ ਸੀ। ਤਖ਼ਤ ਲਾਹੌਰ ਤੇ ਕਬਜ਼ੇ ਦੀ ਜੰਗ ਹਲਕਾ ਐਨਏ 128 ਨੂਨ ਲੀਗ ਤੇ ਤਹਿਰੀਕ ਇਨਸਾਫ਼ ਵਿੱਚ ਕਾਂਟੇ ਦਾ ਮੁਕਾਬਲਾ ਮੁਤਵੱਕੇ। ਸ਼ੇਖ ਰੂਹੇਲ ਅਸਗਰ ਸ਼ੇਰ ਤੇ ਏਜਾਜ਼ ਗਯਾਲ ਬੱਲੇ ਦੇ ਨਿਸ਼ਾਨ ਤੇ ਜ਼ੋਰ ਆਜ਼ਮਾਈ ਕਰੇ ਸਨ। ਐਮਐਮਏ ਦੇ ਮਨਜ਼ੂਰ ਗੁੱਜਰ ਵੀ ਮੈਦਾਨ ਵਿੱਚ। ਪੀਵਣ ਦੇ ਸਾਫ਼ ਪਾਣੀ ਦੀ ਅਦਮ ਬਰਾਮੀ ਤੇ ਨਿਕਾਸੀ ਆਪ ਹਲਕੇ ਦੇ ਅਹਿਮ ਮਸਾਇਲ ਸ਼ਾਮਿਲ।